करो अपने चैनल नूं सबसक्राइब ते लाइक ते घंटी वाले बटन दे भी क्लिक कर देना। धन्यवाद। ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਹੋਰ ਨਵੀਂ ਵੀਡੀਓ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਇੱਕ ਵੱਡੇ ਕਬੱਡੀ ਕੱਪ ਦੀ, ਨੰਗਲੰਬੀਆਂ ਦੇ ਕਬੱਡੀ ਕੱਪ ਦੀ, ਜਿਸ ਦੀ ਕਿ ਬੇਸਬਰੀ ਨਾਲ ਉਡੀਕ ਹੁੰਦੀ ਹੈ ਹਰ ਪਲੇਅਰ ਨੂੰ, ਹਰ ਦਰਸ਼ਕ ਨੂੰ। ਅਤੇ ਦੋਸਤੋ, ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ। ਐਂਡ ਦੇ ਵਿੱਚ ਅਸੀਂ ਟੀਮਾਂ ਅਤੇ ਪਲੇਅਰਾਂ ਬਾਰੇ ਵੀ ਦੱਸਿਆ ਕਰਾਂਗੇ, ਤਾਂ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ। ਅਤੇ ਦੋਸਤੋ, ਜੇਕਰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਆਉਣ ਵਾਲੀਆਂ ਵੀਡੀਓ ਲਈ। ਦੋਸਤੋ, MLK ਮੇਜਰ ਲੀਗ ਦਾ ਵੱਡਾ ਕਬੱਡੀ ਕੱਪ ਨੰਗਲੰਬੀਆਂ ਦੀ ਡੇਟ ਵੀ ਪਤਾ ਚੱਲ ਚੁੱਕੀ ਹੈ ਕਿ ਨੰਗਲੰਬੀਆਂ ਦਾ ਕਬੱਡੀ ਕੱਪ ਕਦੋਂ ਹੋਵੇਗਾ ਅਤੇ ਕੀ ਇਨਾਮ ਕੀ ਪ੍ਰਾਈਜ਼ ਹੋਣਗੇ। ਜੋ ਦੋਸਤੋ, ਨੰਗਲੰਬੀਆਂ ਦਾ ਕਬੱਡੀ ਕੱਪ ਹੋਣ ਜਾ ਰਿਹਾ ਹੈ, ਪੰਜਵਾਂ ਪੰਜਾਬ ਦਾ ਪੰਜਵਾਂ ਸੁਪਰ ਕਬੱਡੀ ਕੱਪ ਨੰਗਲੰਬੀਆਂ ਦਾ ਹੋਣ ਜਾ ਰਿਹਾ ਹੈ। MLK ਮੇਜਰ ਲੀਗ ਦੀਆਂ 8 ਕਲੱਬਾਂ ਦੇ ਭੇੜ ਹੋਣਗੇ ਦੋਸਤੋ, ਅਤੇ ਇੱਥੇ ਅਮਨ ਲੋਪੋ, ਅਮਰੀਕ ਖੋਸਾ ਕੋਟਲਾ ਕਮੈਂਟਰੀ ਕਰਨਗੇ ਲਾਈਵ ਦਾ। ਦੋਸਤੋ, ਕਈ ਵੀਰਾਂ ਨੂੰ ਕਲੀਅਰ ਨਹੀਂ ਹੁੰਦਾ, MLK ਲਾਈਵ ਅਫੀਸ਼ੀਅਲ ਯੂਟਿਊਬ ਚੈਨਲ 'ਤੇ ਮੇਜਰ ਲੀਗ ਦਾ ਲਾਈਵ ਚੱਲਦਾ ਹੈ। ਅਤੇ ਦੋਸਤੋ, ਜੇਕਰ ਇੱਥੇ 6 ਫਰਵਰੀ 2022 ਨੂੰ ਮੇਜਰ ਲੀਗ ਦਾ ਨੰਗਲੰਬੀਆਂ ਸ਼ਾਹਕੋਟ ਦੇ ਵਿੱਚ 8 ਆਲ ਓਪਨ ਕਲੱਬਾਂ ਦਾ ਕਬੱਡੀ ਕੱਪ ਹੋਣ ਜਾ ਰਿਹਾ ਹੈ। ਜੇਕਰ ਦੋਸਤੋ ਇੱਥੇ ਇਨਾਮਾਂ ਦੀ ਗੱਲ ਕਰੀਏ, ਪਹਿਲਾ ਇਨਾਮ 3 ਲੱਖ ਰੁਪਏ ਹੋਵੇਗਾ ਅਤੇ ਦੂਜਾ ਇਨਾਮ 2 ਲੱਖ ਰੁਪਏ ਹੋਵੇਗਾ। ਬੈਸਟ ਰੇਡਰ ਅਤੇ ਜਾਫੀ ਨੂੰ ਦੋਸਤੋ ਹਰ ਸਾਲ, ਪਿਛਲੇ ਸਾਲ ਅਲਟੋ ਕਾਰਾਂ, ਅਤੇ ਇਸ ਸਾਲ ਦੋਸਤੋ ਸੋਨਾਲਿਕਾ ਜੋ ਕਿ ਇੱਕ ਟਰੈਕਟਰ ਦਿੱਤਾ ਜਾਵੇਗਾ। ਅਤੇ ਦੋਸਤੋ, ਲਾਈਵ ਵੀ ਤੁਹਾਨੂੰ ਕਲੀਅਰ ਕਰ ਦਿੱਤਾ, ਬਾਕੀ ਪਲੇਅਰਾਂ ਦੀ ਗੱਲ ਕਰੀਏ ਤਾਂ ਟੀਮਾਂ ਦੋਸਤੋ, ਸ਼ਾਹਕੋਟ ਲਾਇੰਸ ਦੀ ਟੀਮ ਹੋ ਗਈ, ਦੂਜੀ ਟੀਮ NRI ਨਕੋਦਰ, ਤੀਜੀ ਟੀਮ ਭਗਵਾਨਪੁਰ ਮਾਝਾ, ਚੌਥੀ ਟੀਮ ਦੋਸਤੋ ਬੇ ਆਫ ਪਲੈਂਟੀ ਨਿਊਜ਼ੀਲੈਂਡ, ਅਤੇ ਕੱਲ ਕਲਾਂ BBS ਰੋੜਕੀ ਦੀ ਟੀਮ, ਟੋਨੀ ਅੰਕਾਲਕਰ ਕੁੱਬੇ, ਅਤੇ ਹੋਰ ਵੀ ਦੋਸਤੋ 2 ਟੀਮਾਂ 3 ਟੀਮਾਂ ਹੋਰ ਵੀ ਵਧੀਆ ਟੀਮਾਂ ਪੁੱਜਣਗੀਆਂ। ਬਾਕੀ ਜੇਕਰ ਪਲੇਅਰਾਂ ਦੀ ਗੱਲ ਕਰੀਏ, ਸੰਦੀਪ ਨੰਗਲੰਬੀਆਂ, ਕਾਲਾ ਧਨੌਲਾ ਜੱਗਾ ਚਿੱਟੀ ਵਾਲਾ, ਗਗਨ ਜੋਗੇਵਾਲ, ਅਮਰਤ ਔਲਖ, ਭੂਰੀ ਛੰਨਾ, ਕਾਲਾ ਧੂਰਕੋਟ, ਜੱਗੂ ਹਾਕਮਵਾਲ, ਲਗਭਗ ਸਾਰੇ ਹੀ ਪਲੇਅਰ ਦੋਸਤੋ ਜੋ ਭੀਮ ਦੁਬਲੀ ਵਰਗੇ, ਮਾਝਾ ਮਾਲਵਾ ਦੁਆਬਾ, ਸਾਰੇ ਹੀ ਪਲੇਅਰ ਦੋਸਤੋ ਖੇਡਣ ਜਾ ਰਹੇ ਹਨ। ਬਾਕੀ ਤੁਸੀਂ ਫੋਟੋ ਵਿੱਚ ਵੀ ਦੇਖ ਸਕਦੇ ਹੋ DTO ਗੁਰਲਾਲ ਸੋਲ, ਬੰਟੀ ਟਿੱਬਾ। ਬਾਕੀ ਦੋਸਤੋ, ਇਹ ਸੀ ਨੰਗਲੰਬੀਆਂ ਦੇ ਵੱਡੇ ਕਬੱਡੀ ਕੱਪ ਦੀ ਪੂਰੀ ਜਾਣਕਾਰੀ। ਜੇਕਰ ਵੀਡੀਓ ਨੂੰ ਹਜੇ ਤੱਕ ਲਾਈਕ ਨਹੀਂ ਕੀਤਾ, ਲਾਈਕ ਕਰ ਦਿਉ ਅਤੇ ਸਬਸਕ੍ਰਾਈਬ ਕਰ ਲਓ, ਤਾਂ ਕਿ ਆਉਣ ਵਾਲੇ ਇਸੇ ਤਰ੍ਹਾਂ ਦੇ ਵੱਡੇ ਕਬੱਡੀ ਕੱਪਾਂ ਦੀ ਦੋਸਤੋ ਜਾਣਕਾਰੀ ਮਿਲਦੀ ਰਹੇ। ਧੰਨਵਾਦ।